ਹੰਗਾਮੇ ਦੀਆਂ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ। ਲੁਧਿਆਣਾ ਦੇ ਬਚਤ ਭਵਨ ਦੇ ਬਾਹਰ ਟਰਾਂਸਪੋਰਟਰਾਂ ਅਤੇ ਆਰਟੀਓ ਮੈਡਮ ਦੇ ਵਿਚਕਾਰ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ MLA ਨੂੰ ਆ ਕੇ ਮਾਮਲਾ ਸ਼ਾਂਤ ਕਰਾਉਣਾ ਪਿਆ। ਹੁਣ ਦੋਵੇਂ ਧਿਰਾਂ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੈਂਦੇ ਹਾਂ। ਮੰਤਰੀ ਸਾਹਿਬ ਨੂੰ ਮਿਲਣ ਆਏ ਸੀ ਜੀ, ਪੂਰਾ ਲੁਧਿਆਣਾ ਤਰਾਏ ਕਰ ਰਿਹਾ ਇਸ ਟਾਈਮ, ਔਰ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਇਹਨਾਂ ਨੂੰ। ਸਾਰੀ ਸਾਡੇ ਗੱਡੀਆਂ ਦੇ ਟੈਕਸ ਔਨਲਾਈਨ, ਉਹਦੀ ਅਪਰੂਵਲ ਪੈਂਡਿੰਗ, ਗੱਡੀ ਟ੍ਰਾਂਸਫਰ ਕਰਾਈ ਉਹਦੀ ਅਪਰੂਵਲ ਪੈਂਡਿੰਗ, ਪਰਮਿਟ ਦੀ ਫੀਸ ਭਰੀ ਪਰਮਿਟ ਦੀ ਅਪਰੂਵਲ ਪੈਂਡਿੰਗ, ਕੋਈ ਗੱਡੀ ਪੁਰਾਣੀਆਂ HRSP ਦੀਆਂ ਪਲੇਟਾਂ ਲੱਗਦੀਆਂ ਪਈਆਂ ਨੇ ਹਾਈ ਸਕਿਉਰਿਟੀ, ਉਹਦੀ ਫੀਸ ਗੱਡੀ ਆਪਣੇ ਔਨਲਾਈਨ ਕਰਾਉਣੀ ਆ, ਉਹਦੀ ਕੋਈ ਆਪਣੇ ਅਪਰੂਵਲ ਪੈਂਡਿੰਗ, ਉਹ ਕੋਈ ਕੰਮ ਤਾਂ ਕਰ ਲਓ। ਅਸੀਂ ਪੈਸੇ ਦੇਣੇ ਆ ਸਰਕਾਰ ਨੂੰ, ਕੋਈ ਰੈਵਨਿਊ ਦੇਵਾਂਗੇ ਸਰਕਾਰ ਨੂੰ, ਕੋਈ ਹੱਲ ਨਹੀਂ। ਸਗੋਂ ਖੁੰਦਕ ਪੈ ਗਈ ਜੀ, ਦੁਸ਼ਮਣੀ ਪੈ ਗਈ, ਕਹਿੰਦੇ ਪਰਚੇ ਦੇਵਾਂਗੇ ਤੁਹਾਡੇ ਦੇ ਅੰਦਰ ਕਰਾਵਾਂਗੇ। ਮੈਡਮ ਨੇ ਸਰਿਆ ਲਾਇਆ ਦੋ ਵਾਰੀ, ਆਓ ਤੁਸੀਂ ਇੱਥੇ ਬੈਠੋ ਸੀ, ਇੱਕ ਵਾਰੀ ਦੁਬਾਰਾ ਤੁਹਾਡੇ ਦੇ ਪਰਚੇ ਦਵਾਵਾਂਗੇ। ਨਹੀਂ ਉਹ ਮਿਲਣ, ਉਹ ਕਹਿੰਦੇ ਵੀ ਹੁਣ ਬੱਗਾ ਸਾਹਿਬ ਨੇ ਆਸ਼ਵਾਸਨ ਦਿੱਤਾ ਵੀ 4 ਵਜੇ ਮੈਂ ਆ ਰਿਹਾ ਵਾਂ, ਤੁਹਾਡੇ ਜਿਹੜੇ ਵੀ ਮਸਲੇ ਆ ਤੁਹਾਡੇ ਹੱਲ ਕਰਾਂ। ਦੇਖਦੇ ਜੀ, ਸਾਡੇ ਤਾਂ ਆਸ਼ਵਾਸਨ ਦਿੱਤਾ, ਅਸੀਂ ਕੋਸ਼ਿਸ਼ ਕਰਾਂਗੇ, ਇੱਕ ਵਾਰੀ ਹੋ ਸਕਦਾ ਉਹਨਾਂ ਦੇ ਐਂਡ 'ਤੇ ਸਾਡਾ ਮਸਲਾ ਹੱਲ ਹੋ ਜਾਵੇ, ਬੱਗਾ ਸਾਹਿਬ ਕਰਾ ਦੇਣ। ਕੁਲਵੰਤ ਸਿੱਧੂ ਵੀ ਆਏ ਸੀ, ਉਹ ਵੀ ਬਿਲਕੁਲ ਜੀ, ਉਹ ਤਾਂ ਫੋਨ ਹੀ ਨਹੀਂ ਚੱਕਿਆ ਸੀ। ਠੀਕ ਹੈ ਜੀ, ਠੀਕ ਹੈ। ਮੈਂ ਦੋ ਗੱਡੀਆਂ ਮੈਡਮ, ਜਦ ਵੀ ਅਸੀਂ ਆਉਂਦੇ ਹਾਂ ਮੈਡਮ ਜੀ, ਇਹ ਕਿੱਥੇ ਆਉਂਦੇ ਹੋ ਕੀ ਸਰ? RTO ਦਫ਼ਤਰ ਲੁਧਿਆਣਾ ਮੈਡਮ ਜੀ, RTO ਸਾਹਿਬ ਨੇ ਇਹਨਾਂ ਨੂੰ ਅਸੀਂ ਰਿਕੁਐਸਟ ਕਰਨੀ ਆ, ਇਹਨਾਂ ਦੀ ਆਈਡੀ ਜੋ ਹੋਣੀ ਆ, ਇਹਨਾਂ ਦੀ ਆਈਡ ਜੋ ਨਹੀਂ ਕਰ ਰਹੇ, ਜਦੋਂ ਵੀ ਹਾਂਜੀ ਇਹ ਅਪਰੂਵਲ ਕਰਾਉਣਾ ਜੀ ਅਸੀਂ। ਮੇਰੇ ਕੋਲ ਦੋ ਗੱਡੀਆਂ ਨੇ ਜੀ, ਆ ਦੇਖੋ ਮੇਰੇ, ਮੈਂ ਲਿਖਤੀ ਸ਼ਿਕਾਇਤ ਆ ਬੱਗਾ ਸਾਹਿਬ ਨੂੰ ਦੇਣ ਲੱਗਿਆ ਸੀ, ਉਹਨਾਂ ਨੇ ਕਹਿਤਾ ਕਿ 4 ਵਜੇ ਤੁਸੀਂ ਆ ਜਾਓ, ਅਸੀਂ ਕਰਾ ਦਿੰਦੇ ਹਾਂ। ਨਹੀਂ ਹੋ ਰਹੀ ਜੀ, ਕਿੰਨੇ ਦਿਨ ਹੋ ਗਏ ਗੇੜੇ ਮਾਰ? ਮੈਨੂੰ 20 ਦਿਨ ਹੋ ਗਏ ਜੀ ਗੇੜੇ ਮਾਰਦੇ ਨੂੰ। ਮੈਡਮ ਕੀ ਕਹਿੰਦੇ ਤੁਹਾਨੂੰ? ਮੈਡਮ ਕਹਿੰਦੇ ਜੀ ਜਦ ਵੀ ਆਉਂਦੇ ਹਾਂ ਅਸੀਂ, ਕਹਿੰਦੇ ਜੀ ਲਿਖ ਕੇ ਦੇ ਦਿਓ, ਅਸੀਂ ਲਿਖ ਕੇ ਹੰਭ ਗਏ, ਅਸੀਂ ਥੱਕ ਗਏ, ਹੁਣ ਨਹੀਂ ਦਿੱਤੇ। ਨਹੀਂ ਅੱਜ ਕੀ ਮੰਤਰੀ ਸਾਹਿਬ ਨੂੰ ਮਿਲਣਾ ਸੀ, ਧਰਨਾ ਮਿਲਣ ਆਏ ਸੀਗੇ ਜੀ, ਧਰਨਾ ਲਾਉਣਾ ਆਏ ਸੀ ਅਸੀਂ ਧਰਨਾ ਵੀ ਲਾਵਾਂਗੇ, ਅਸੀਂ ਸਭ ਕੁਝ ਕਰਾਂਗੇ, ਜੇ ਇਹਨਾਂ ਨੇ ਨਹੀਂ ਸਾਡੀ ਸੁਣਵਾਈ ਕਰਨੀ ਅਸੀਂ ਧਰਨੇ ਲਾਵਾਂਗੇ। ਵੀ ਗੱਡੀ ਦੀ RC ਅਪਲਾਈ ਕੀਤੀ ਆ, ਉਹਦਾ GPS ਲੱਗਿਆ, ਡੇ ਬਾਈ ਡੇ ਕਿੰਨੇ ਕਿਲੋਮੀਟਰ ਚੱਲੀ ਆ ਕੀ ਆ, ਔਰ 20 ਤਰੀਕ ਨੂੰ ਰਿਵਰਟ ਮਾਰਤੀ, ਓਬਜੈਕਸ਼ਨ ਕੀ ਲਾਇਆ ਗਿਆ ਵੀ ਤੁਹਾਡੇ GPS ਨਹੀਂ ਲੱਗਿਆ? ਮੇਰੀ ਗੱਡੀ ਦੇ ਵਿੱਚ 2 GPS ਲੱਗਿਆ, ਇੱਕ ਜਿਹੜੀ ਕੰਪਨੀ ਦਿੰਦੀ ਆ, ਔਰ ਇੱਕ ਮੈਂ ਆਪਣਾ ਲਵਾਇਆ ਵਾ ਜਿਹੜਾ ਪੇਰੈਂਟਸ ਨੂੰ ਦਿੰਦੇ ਸੀ ਬੱਚੇ ਵਾਲਿਆਂ ਨੂੰ, ਪਰ ਰਿਵਰਟ ਮਾਰਦਾ ਸਿਰਫ ਖੁੰਦਕ ਦੇ ਪਿੱਛੇ ਵੀ ਇਹ ਸੀ ਧਰਨੇ ਕਿਉਂ ਲਾਇਆ? ਬਿਲਕੁਲ, ਅੱਜ ਆਪਣੇ ਮੰਤਰੀ ਸਾਹਿਬ ਆਏ ਹੋਏ ਆ, ਸਾਨੂੰ ਕੋਈ ਗੱਲਬਾਤ ਨਹੀਂ ਹੋਈ ਜੀ, ਕੁਛ ਟਰਾਂਸਪੋਰਟਰ ਨੂੰ ਜਾਂ ਕੁਛ ਹੋਰ ਬੰਦੇ ਨੇ ਜਿਹਨਾਂ ਕੋਈ ਦਿੱਕਤ ਹੈ ਉਹ ਅਸੀਂ ਗੱਲ ਕਰ ਲਈ ਹੈ, ਮੈਂ 4 ਵਜੇ ਬੈਠੂੰਗਾ ਨਾਲ ਮੈਮ ਦੇ ਨਾਲ ਬੈਠਾਂਗਾ, ਜਿਹੜੀਆਂ ਜੈਨੂਨ ਦੀਆਂ ਗੱਲਾਂ ਨੇ ਹੱਲ ਕਰਵਾ ਦੇਵਾਂਗੇ, ਕੋਈ ਐਸੀ ਗੱਲ ਨਹੀਂ ਹੈ। ਸਰਕਾਰ ਬਿਲਕੁਲ ਇਹਨਾਂ ਦੇ ਨਾਲ ਖੜੀ ਹੈ ਕਿ ਇਹਨਾਂ ਤੋਂ ਬਾਹਰ ਨਹੀਂ ਹੈ, ਧਰਨਿਆਂ 'ਤੇ ਕੋਈ ਹੱਲ ਨਹੀਂ ਹੈ, ਅਸੀਂ ਬੈਠ ਕੇ ਹੱਲ ਕਰਾਂਗੇ। ਮੇਰੇ ਹੁਣ ਇੱਕ ਧਿਆਨ 'ਚ ਲਿਆਉਂਦਾ ਉਹਨਾਂ ਨੇ, ਅਸੀਂ 2-4-5 ਮਿੰਟ ਬੈਠ ਕੇ ਮੈਮ ਨਾਲ ਮੈਂ ਗੱਲ ਕਰ ਲੈਣ, ਡਿਸਕਸ਼ਨ ਕਰਦਾ, ਜੋ ਇਹਨਾਂ ਦਿੱਕਤਾਂ ਨੇ ਮੈਂ 4 ਵਜੇ ਟਾਈਮ ਦੇ ਦਿੱਤਾ ਉਹਨਾਂ ਨੂੰ, 4 ਵਜੇ ਇਹਨਾਂ ਦਾ ਬੈਠ ਕੇ ਹੱਲ ਕਰ ਲਾਂਗੇ। ਵਿੱਚੋਂ ਸਟੋਰੀਆਂ ਹੋਰ ਨਿਕਲਦੀਆਂ ਜੀ, ਸਾਹਮਣੇ ਆਉਣਗੀਆਂ, ਤੁਸੀਂ ਵੀ ਦੇਖੋਗੇ। ਅਸੀਂ ਬਿਲਕੁਲ ਕਿਸੇ ਦਾ ਕੰਮ ਨਹੀਂ ਰੋਕਣਾ, ਨਹੀਂ ਰੋਕਣ ਦੇਣਾ, ਨਹੀਂ ਰੁਕਣਾ। ਮੈਮ ਸੁਣ ਰਹੇ ਹਾਂ, ਮੈਂ ਦੇ ਸਾਹਮਣੇ ਗੱਲ ਕਰ ਰਿਹਾ, ਜਿਹੜੇ ਜੈਨੂਨ ਪਰਸਨ ਨੇ ਉਹਨਾਂ ਦਾ 200 ਨਹੀਂ 501% ਕੰਮ ਹੋਏਗਾ, ਮੈਂ 4 ਵਜੇ ਆਪ ਖੁਦ ਮੈਮ ਖੁਦ ਬੈਠਾਂਗਾ। ਜਿਵੇਂ ਸਰ ਨੇ ਕਿਹਾ ਹੈਗਾ, ਸਾਰਾ ਕੰਮ ਔਨਲਾਈਨ ਔਰ ਟਰਾਂਸਪੇਰੈਂਟ ਹੈਗਾ, ਵਿਦ ਇਨ ਟਾਈਮ ਫਰੇਮ ਅਸੀਂ ਅਪਰੂਵਲਸ ਕਰ ਰਹੇ ਹਾਂ, ਅਤੇ ਜੇਕਰ ਕੋਈ ਵੀ ਇਸ਼ੂ ਹੈਗਾ, ਕਿਤੇ ਵੀ ਕੋਈ ਡਿਲੇ ਹੈਗਾ ਤਾਂ ਉਸ ਨੂੰ ਵੀ ਦੇਖ ਲਿਆ ਜਾਏਗਾ। ਵਿਦ ਇਨ ਅ ਵੀਕ ਆਪਾਂ ਪੈਂਡੈਂਸੀ ਜਿਹੜੀ ਹੈਗੀ ਆ ਕਲੀਅਰ ਕਰ ਰਹੇ ਹਾਂ। ਡਰਾਈਵਿੰਗ ਲਾਇਸੈਂਸ ਦੀ ID ਬਿਲਕੁਲ ਖਾਲੀ ਹੈਗੀ ਆ, ਫਿਟਨੈਸ ਦੀ ਬਿਲਕੁਲ ਖਾਲੀ ਹੈਗੀ ਆ, ਜਿਹੜੇ ਡਿਫਰੈਂਸ ਖੜੇ ਨੇ ਸਿਰਫ ਉਹ 700-800 ਫਾਈਲਾਂ ਪੈਂਡਿੰਗ ਨੇ, ਜਿਵੇਂ ਜਿਵੇਂ ਡਿਫਰੈਂਸ ਜਮ੍ਹਾਂ ਕਰਾ ਰਹੇ ਨੇ ਕੱਢੀ ਜਾ ਰਹੇ ਆ। ਆਫਿਸ ਵਾਸਤੇ ਅਸੀਂ ਲਿਖਿਆ ਹੋਇਆ ਉੱਪਰ, ਉਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਵੇਂ ਹੀ ਫਿਟਨੈਸ ਬਾਹਰ ਹੀ ਹੋ ਰਹੀ ਹੈ, ਕੋਈ ਆਫਿਸ ਨਹੀਂ ਹੋਏਗਾ। ਈਵਨ ਤੁਸੀਂ ਟਰੈਕ ਤੇ ਜਾ ਕੇ ਦੇਖ ਸਕਦੇ ਹੋ ਕਿ ਟਰੈਕ ਦੇ ਉੱਤੇ ਇੱਕ ਹੀ ਕਾਊਂਟਰ ਹੁੰਦਾ ਸੀ ਫੋਟੋ ਦਾ, ਹੁਣ 2 ਫੋਟੋ ਦੇ ਕਾਊਂਟਰ ਨੇ, 2 ਸਕਰੂਟਨੀ ਦੇ ਕਾਊਂਟਰ ਨੇ, ਲਾਈਨਾਂ ਵੀ ਲੰਬੀਆਂ ਨਹੀਂ ਹੁੰਦੀਆਂ। ਸਿਰਫ ਰਿੰਪੀ ਔਰ ਜੋਲੀ ਬਸ, ਇਹੀ ਤੁਸੀਂ 1-2 ਬੰਦੇ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਇਹੀ ਬੈਠਦੇ ਨੇ, ਕਿਉਂ ਇਹੀ ਬੈਠਦੇ ਨੇ ਤੁਸੀਂ ਇਹਨਾਂ ਨੂੰ ਹੀ ਪੁੱਛ ਸਕਦੇ ਹੋ। ਨਹੀਂ ਆਈ ਡੂ ਨੋਟ ਨੋ, ਮੇਰੇ ਲਈ ਕੋਈ ਵੀ ਬੰਦਾ ਆਉਂਦਾ ਮੈਂ ਉਸਨੂੰ, ਮੈਂ ਇਹ ਕਿਹਾ ਹੀ ਨਹੀਂ, ਕੋਈ ਵੀ ਬੰਦਾ ਆਉਂਦਾ ਉਸਨੂੰ ਮੈਂ ਐਜ਼ ਨੋਰਮਲ ਪਬਲਿਕ ਡੀਲ ਕਰਦੀ ਹਾਂ। ਕੋਈ ਵੀ ਬੰਦਾ ਆਉਂਦਾ ਉਹ, ਮੈਂ ਨਹੀਂ ਕਹਿ ਰਹੀ ਹੈਗੀ, ਮੈਂ ਇਹ ਕਹਿ ਰਹੀ ਹਾਂ ਕਿ ਕੋਈ ਵੀ ਬੰਦਾ ਸਾਡੇ ਕੋਲ ਪਬਲਿਕ ਪਰਸਨ ਆਉਂਦਾ, ਉਹਦਾ ਜੋ ਨਾਮ ਹੁੰਦਾ ਐਪਲੀਕੈਂਟ, ਮੰਨ ਲਓ ਕਿ ਅਮਨਦੀਪ ਸਿੰਘ ਪਬਲਿਕ ਪਰਸਨ ਹੈ, ਉਹ ਆਪਣਾ ਕੰਮ ਲੈ ਕੇ ਆਇਆ ਤਾਂ ਮੈਂ ਉਹਦਾ ਕੰਮ
काम करूंगी चाहे वो कोई भी होए। बिल्कुल इस तरह की कोई गल नहीं है, तुसी मेरी आई डी देख सकते हो उस तो बिल्कुल जी किसी टाइम पे सर 23,000 फाइलां पेंडिंग सी गया जिसनों इतने 4 महीने के बीच में 6,000 ते लेके आई। लुधियाना तो ब्यूरो रिपोर्ट NC7 न्यूज़।